ਸਿਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਸੁਸਾਇਟੀ ਆਣ ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਜੀ ਸੁਹੰਜਣੇ ਦੇ ਦਰਖਤ ਬਾਰੇ। ਇਸ ਦਰਖਤ ਦੇ ਅਨੇਕਾਂ ਹੀ ਫਾਇਦੇ ਨੇ। ਜੇ ਇਸ ਦੀ ਵਰਤੋਂ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਕਰੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਇੱਕ ਚੰਗਾ ਤੰਦਰੁਸਤ ਜੀਵਨ ਜਿਹੜਾ ਉਹ ਬਤੀਤ ਕੀਤਾ ਜਾ ਸਕਦਾ ਹੈ। ਸੁਹੰਜਣੇ ਦੇ ਦਰਖਤ ਨੂੰ ਮੋਰਿੰਗਾ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਡ੍ਰਮਸਟਿਕ ਕਹਿੰਦੇ ਨੇ। ਇਸ ਦਰਖਤ ਦੇ ਪੱਤਿਆਂ ਵਿੱਚ ਬਹੁਤ ਮਾਤਰਾ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ। ਜੇ ਆਪਾਂ ਤੁਲਨਾ ਕਰੀਏ ਇਸ ਦੀ ਦੁੱਧ ਨਾਲ ਤਾਂ ਦੁੱਧ ਤੋਂ ਵੀ 4 ਗੁਣਾ ਜ਼ਿਆਦਾ। ਕੈਲਸ਼ੀਅਮ ਦੀ ਰੋਜ਼ਾਨਾ ਜੀਵਨ ਦੇ ਵਿੱਚ ਆਪਾਂ ਜੇ ਵਰਤੋਂ ਕਰੀਏ ਤਾਂ ਸਰੀਰ ਦੇ ਵਿੱਚ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਕੈਲਸ਼ੀਅਮ, ਅਤੇ ਇਸ ਦੀ ਸਹੀ ਤਰੀਕੇ ਨਾਲ ਕੀਤੀ ਗਈ ਵਰਤੋਂ ਮੋਟਾਪੇ ਨੂੰ ਕੰਟਰੋਲ ਰੱਖਣ ਦੇ ਵਿੱਚ ਵੀ ਸਹਾਇਤਾ ਕਰਦੀ ਹੈ। ਉਸ ਤੋਂ ਬਾਅਦ ਇਹਦੇ ਵਿੱਚ ਵਿਟਾਮਿਨ ਏ ਦੀ ਮਾਤਰਾ ਵੀ ਕਾਫ਼ੀ ਹੁੰਦੀ ਹੈ ਜੋ ਕਿ ਅੱਖਾਂ ਦੀਆਂ ਬਿਮਾਰੀਆਂ ਲਈ ਕਾਫ਼ੀ ਲਾਹੇਵੰਦ ਹੈ। ਅੱਖਾਂ ਦੀ ਕਮਜ਼ੋਰੀ, ਨਿਗ੍ਹਾ ਦਾ ਕਮਜ਼ੋਰ ਹੋਣਾ ਜਾਂ ਅੱਖਾਂ ਨਾਲ ਸੰਬੰਧਿਤ ਹੋਰ ਵੀ ਕਮਜ਼ੋਰੀਆਂ ਉਹ ਇਸ ਦਰਖਤ ਦੁਆਰਾ ਪੂਰੀਆਂ ਕੀਤੀਆਂ ਜਾਂਦੀਆਂ ਨੇ। ਇਹਦੇ ਨਾਲ ਚਮੜੀ ਜਿਹੜੀ ਹੈ, ਚਮੜੀ ਦੀ ਖੁਸ਼ਕੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਇਹ ਦਰਖਤ ਦੇ ਨਾਲ ਠੀਕ ਕੀਤੀ ਜਾ ਸਕਦੀ ਹੈ। ਅਤੇ ਛੋਟੇ ਬੱਚਿਆਂ ਦੇ ਵਿਕਾਸ ਲਈ ਜੇਕਰ ਇਸ ਨੂੰ ਰੋਜ਼ਾਨਾ ਉਹਨਾਂ ਨੂੰ ਖਵਾਇਆ ਜਾਵੇ ਤਾਂ ਉਹਨਾਂ ਦਾ ਇੱਕ ਚੰਗਾ ਵਿਕਾਸ ਜਿਹੜਾ ਉਹ ਹੋ ਸਕਦਾ ਹੈ। ਇਸ ਤੋਂ ਬਾਅਦ ਇਹਦੇ ਵਿੱਚ ਕਾਫ਼ੀ ਮਾਤਰਾ ਦੇ ਵਿੱਚ ਵਿਟਾਮਿਨ ਈ ਹੁੰਦਾ ਹੈ, ਬਦਾਮ ਤੋਂ ਵੀ 3 ਗੁਣਾ ਜ਼ਿਆਦਾ। ਉਹ ਵੀ ਵਿਟਾਮਿਨ ਈ ਵੀ ਚਮੜੀ ਦੀ ਤੰਦਰੁਸਤੀ ਲਈ ਬਹੁਤ ਚੰਗਾ ਇੱਕ ਸਰੋਤ ਹੈ, ਕਿਉਂਕਿ ਵਿਟਾਮਿਨ ਈ ਜਿਹੜਾ ਉਹ ਐਂਟੀਆਕਸੀਡੈਂਟ ਹੁੰਦਾ ਹੈ ਜਿਹੜਾ ਕਿ ਆਪਣੇ ਸਰੀਰ ਦੇ ਵਿੱਚੋਂ ਵਾਧੂ ਜੋ ਕੈਮੀਕਲ ਹੁੰਦੇ ਨੇ ਉਹਨਾਂ ਨੂੰ ਸਰੀਰ 'ਚੋਂ ਬਾਹਰ ਕੱਢਦਾ ਹੈ ਅਤੇ ਸਰੀਰ ਦੇ ਅੰਗਾਂ ਨੂੰ ਤੰਦਰੁਸਤ ਰੱਖਦਾ ਹੈ। ਸਭ ਤੋਂ ਜ਼ਿਆਦਾ ਦਿਲ ਨੂੰ ਮਜ਼ਬੂਤੀ ਦਿੰਦਾ ਵਿਟਾਮਿਨ ਈ। ਇਹ ਸਰੀਰ ਦੇ ਵਿੱਚੋਂ ਫਰੀ ਰੇਡੀਅਲ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ ਅਤੇ ਕੈਸਟਰੋਲ ਲੈਵਲ ਨੂੰ ਵੀ ਕੰਟਰੋਲ ਰੱਖਦਾ ਹੈ। ਇਸ ਤੋਂ ਬਾਅਦ ਇਸ ਦਰਖਤ ਦੇ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ। ਵਿਟਾਮਿਨ ਸੀ ਸੰਤਰੇ ਨਾਲੋਂ 7 ਗੁਣਾ ਜ਼ਿਆਦਾ ਇਸ ਦਰਖਤ ਦੇ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ ਸੀ ਦੇ ਨਾਲ ਸਰੀਰ ਦੀਆਂ ਸੱਟਾਂ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ, ਕਿਉਂਕਿ ਡਾਕਟਰ ਵੀ ਇਹ ਸਲਾਹ ਦਿੰਦੇ ਨੇ ਕਿ ਜ਼ਖਮ ਨੂੰ ਜਲਦੀ ਠੀਕ ਕਰਨ ਲਈ ਡਾਕਟਰ ਵੀ ਵਿਟਾਮਿਨ ਸੀ ਸਪਲੀਮੈਂਟ ਲੈਣ ਦੀ ਸਲਾਹ ਦਿੰਦੇ ਨੇ ਜੋ ਕਿ ਸਾਨੂੰ ਇਸ ਦਰਖਤ ਦੇ ਵਿੱਚੋਂ ਮਿਲਦਾ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਠੀਕ ਰੱਖਦਾ ਅਤੇ ਇਸ ਦੇ ਨਾਲ ਹੀ ਇਹ ਸਕਿਨ ਨੂੰ ਡਰਾਈ ਨਹੀਂ ਹੋਣ ਦਿੰਦਾ। ਇਹਦੇ ਇਸ ਦਰਖਤ ਦੇ ਪੱਤਿਆਂ ਦੇ ਜੇ ਆਪਾਂ ਚੂਰਨ ਬਣਾਈਏ ਤਾਂ ਕੈਂਸਰ ਰੋਗ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਦੇ ਪੱਤਿਆਂ ਨੂੰ ਤੋੜ ਕੇ ਛਾਂ ਵਿੱਚ ਸੁਕਾ ਕੇ ਉਹਦਾ ਪਾਊਡਰ ਬਣਾ ਲੈਣਾ ਚਾਹੀਦਾ ਹੈ ਅਤੇ ਉਸਨੂੰ ਉਮਰ ਦੇ ਅਨੁਸਾਰ ਚਮਚਾ ਅੱਧਾ ਚਮਚਾ ਰੋਜ਼ਾਨਾ ਲੈਣਾ ਚਾਹੀਦਾ ਹੈ, ਜਿਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ ਅਤੇ ਪੇਟ ਦੀਆਂ ਅਨੇਕਾਂ ਹੀ ਬਿਮਾਰੀਆਂ ਦੂਰ ਹੁੰਦੀਆਂ ਨੇ ਅਤੇ ਨਾਲ ਨਾਲ ਇਹ ਆਪਣੇ ਇਮਿਊਨਿਟੀ ਸਿਸਟਮ ਨੂੰ ਜਿਹੜਾ ਉਹ ਸਟਰੋਂਗ ਕਰਦਾ ਹੈ। 1 ਤੋਂ 3 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਲਈ ਤਾਂ ਇਹ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ। ਇਹਦੇ ਸੱਕ ਦੇ ਬਣਾਏ ਕਾੜੇ ਨਾਲ ਜੇਕਰ ਕੁਰਲੀ ਕੀਤੀ ਜਾਵੇ ਤਾਂ ਦੰਦਾਂ ਦਾ ਦਰਦ ਅਤੇ ਦੰਦਾਂ ਦੇ ਕੀੜਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹ ਜੋੜਾਂ ਦੇ ਦਰਦ ਵਿੱਚ ਬਹੁਤ ਸਹਾਈ ਹੁੰਦਾ ਹੈ। ਇਸ ਦਰਖਤ ਦੀਆਂ ਫਲੀਆਂ ਦੀਆਂ ਸਬਜ਼ੀ ਵੀ ਬਣਦੀ ਹੈ ਅਤੇ ਉਹਦਾ ਅਚਾਰ ਵੀ ਪਾਇਆ ਜਾ ਸਕਦਾ ਹੈ। ਹਜ਼ਾਰਾਂ ਸਾਲਾਂ ਤੋਂ ਇਹ ਦਰਖਤ ਦੀ ਵਰਤੋਂ ਹੈ ਜਿਹੜੀ ਉਹ ਆਯੁਰਵੇਦ ਵਿੱਚ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਜਾਣਕਾਰੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੁਦਰਤ ਦੇ ਇਸ ਤੋਹਫੇ ਦਾ ਵੱਧ ਤੋਂ ਵੱਧ ਵਿਅਕਤੀਆਂ ਦੁਆਰਾ ਲਾਭ ਲਿਆ ਜਾ ਸਕੇ। ਧੰਨਵਾਦ ਜੀ।